ਕੇ ਸੁਣਨ ਪਿੰਡਾਂ ਦੀਆਂ ਗਲੀਆਂ, ਆਸੀ ਬਾਗੀ ਜਦ ਹੋਏ ਵੈਰੀਆਂ, ਕੀਤੀਆਂ ਸੀ ਰੰਗ ਰਲੀਆਂ। ਸਾਨੂੰ ਕਰਨ ਮਖੌਲਾ ਕਈ ਬੰਨੀਆਂ ਸਿਰ ਤੇ ਇਹ ਦਸਤਾਰਾਂ, ਇਹਨਾਂ ਟੋਪੀ ਬਾਜਾਂ ਦੇ ਹੋ ਕੱਟ ਕੱਟ ਫੈਰ ਛਾਤੀ ਵਿੱਚ ਮਾਰਾਂ। ਸਾਨੂੰ ਕਰਨ ਮਖੌਲਾ ਕਈ ਬੰਨੀਆਂ ਸਿਰ ਤੇ ਇਹ ਦਸਤਾਰਾਂ, ਇਹਨਾਂ ਟੋਪੀ ਬਾਜਾਂ ਦੇ ਹੋ ਕੱਟ ਕੱਟ ਫੈਰ ਛਾਤੀ ਵਿੱਚ ਮਾਰਾਂ। ਠੰਡੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਹਾਂਜੀ 1674 AM। ਮੈਂ ਗੁਰਜੋਤ ਸਿੰਘ ਸੋਢੀ ਅਤੇ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਜੀ। ਨਾਨ ਮੇਰੇ ਨੋਲੀਆਂ ਪੀ ਦਿਆਲ ਜੀ, ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਤੋਂ ਸਤਿ ਸ਼੍ਰੀ ਅਕਾਲ। ਪਹਿਲਾਂ ਇੱਕ ਵਾਰੀ ਇਜਾਜ਼ਤ ਲੈ ਚੁੱਕੇ ਹਾਂ ਪਰ ਦੁਬਾਰਾ ਫੇਰ ਤੋਂ ਸ਼ਿਰਕਤ ਕਰਦੇ ਹਾਂ ਜੀ, ਤੁਹਾਡੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ। ਕੁਲਵੀਰ ਸਿੰਘ ਕੇਵੀ ਸਾਡਾ ਵੀਰ ਆ ਜੀ, ਉਹਦਾ ਸੌਂਗ ਆਇਆ। ਵੈਸੇ ਖਾਸੀਅਤ ਤਾਂ ਵੀ ਹੋ ਜਾਂਦੀ ਆ ਕਿ ਪ੍ਰੈਸ਼ਰ ਸਾਡੇ ਉੱਤੇ ਬੜਾ ਸੀਗਾ ਕਿ ਭਰਾ ਸਾਡਾ ਲੁਧਿਆਣੇ ਤੋਂ ਆ, ਠੀਕ ਹੈ ਜੀ, ਤੇ ਨਵੀਆਂ ਜੀ ਵੀ ਲੁਧਿਆਣੇ ਤੋਂ ਆ, ਉਹ ਤੋਂ ਗਾਣਾ ਵੀ ਬੜਾ ਸੋਹਣਾ ਆ ਗਿਆ ਤੇ ਅਸੀਂ ਕਿਹਾ ਵੀ ਇੱਦਾਂ ਕਿਤੇ ਬਣਦਾ ਆ, ਵੇਖੋ ਜੀ ਫਿਰ ਐਵੇਂ ਬਹੁਤਾ ਕਹਿ ਦਿੰਦੇ ਵੀ ਹਾਂਜੀ ਤੇ ਡਿਆ ਡਿਆ ਹੀ ਹੁੰਦੀ ਰਹਿੰਦੀ ਆ। ਚਲੋ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਪਰ ਇਸ ਵਕਤ ਸਾਡੇ ਨਾਲ ਲਾਈਵ ਆ ਜੀ ਕੇਵੀ, ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਢੇਰਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਬਾਰੇ ਜਾਣਦੇ ਹਾਂ। ਇਸ ਤੋਂ ਇਲਾਵਾ ਵੀ ਇਹਨਾਂ ਦੇ ਬਹੁਤ ਸਾਰੇ ਸੌਂਗ ਆ ਚੁੱਕੇ ਨੇ ਜਿਹਦੇ ਵਿੱਚ ਤਰਸੇਮ ਜੱਸੜ ਦਾ ਸਵੈਗ, ਸੋ ਕਾਫੀ ਫੈਨ ਲੱਗਦੇ ਨੇ ਜੀ ਤਰਸੇਮ ਜੱਸੜ ਵੀਰ ਦੇ, ਤੇ ਉਹਦਾ ਇੱਕ ਇਹਨਾਂ ਦਾ ਜਿਹੜਾ ਸੌਂਗ ਆ ਚੁੱਕਿਆ। ਇਸ ਤੋਂ ਇਲਾਵਾ ਬਾਰੀ, ਫੈਮਨਿਜ਼ਮ, ਵਕਤ ਟੈਲੀਫਿਲਮ ਦੇ ਵਿੱਚ ਇਹਨਾਂ ਦਾ ਸੌਂਗ ਵੀ ਆ ਚੁੱਕਿਆ, ਅਤੇ ਹੋਰ ਵੀ ਬਹੁਤ ਸਾਰੇ ਸੌਂਗਸ ਨੇ ਜਿਨ੍ਹਾਂ ਨੂੰ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ਕਾਰੀ ਆਪਣੀ ਕਰ ਚੁੱਕੇ ਨੇ। ਖੈਰ ਗੱਲਾਂ ਬਾਤਾਂ ਇਹਨਾਂ ਦੀਆਂ ਜਾਣਦੇ ਹਾਂ, ਬੈਕਗਰਾਊਂਡ ਕੀ ਆ ਅਤੇ ਕਿਵੇਂ ਇਸ ਗਾਉਣ ਪਾਣੀ ਦੇ ਨਾਲ ਜਿਹੜਾ ਨਾਤਾ ਜੁੜਿਆ। ਕੁਲਵੀਰ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ। ਸਤਿ ਸ਼੍ਰੀ ਅਕਾਲ ਕੁਲਵੀਰ ਜੀ। ਹੈਲੋ ਜੀ, ਮੈਂ ਕੁਲਵੀਰ ਸਿੰਘ, ਸਾਰੇ ਜਿੰਨੇ ਵੀ ਮੇਰੇ ਵੀਰ ਮੇਰੇ ਭੈਣ ਭਰਾ ਦੇਖ ਰਹੇ ਨੇ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੇ ਜੀ ਆਇਆਂ ਤੁਹਾਨੂੰ ਰੇਡੀਓ ਹਾਂਜੀ ਆਸਟ੍ਰੇਲੀਆ ਦੇ ਵਿੱਚ ਜੀ। ਹਾਂਜੀ, ਥੈਂਕ ਯੂ ਸੋ ਮਚ ਸਰ। ਚਲੋ ਬਹੁਤ ਵਧੀਆ ਜੀ, ਪਹਿਲਾਂ ਤੇ ਮੁਬਾਰਕਾਂ, ਤੁਹਾਨੂੰ ਸੌਂਗ ਕਾਫੀ ਡਿਫਰੈਂਟ ਆ ਔਰ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ। ਥੈਂਕ ਯੂ ਸੋ ਮਚ ਸਰ, ਧੰਨਵਾਦ ਦੀਆਂ ਮੈਂ ਬਹੁਤ ਜਿਨ੍ਹਾਂ ਨੇ ਸਰੋਤਿਆਂ ਨੇ ਪਿਆਰ ਕੀਤਾ ਜੀ। ਸੋ ਇੱਕ ਚੀਜ਼ ਹੈ ਕੁਲਵੀਰ, ਮੈਂ ਤੁਹਾਡੇ ਕੋਲ ਥੋੜ੍ਹਾ ਜਿਹਾ ਆਪਾਂ ਇਸ ਬੈਕਗਰਾਊਂਡ, ਤੁਹਾਡੇ ਕਾਫੀ ਸਾਰੇ ਸੌਂਗਸ ਆ ਚੁੱਕੇ ਨੇ, ਆਪਾਂ ਸੌਂਗਸ ਦੀ ਗੱਲ ਤੋਂ ਪਹਿਲਾਂ ਤੁਹਾਡੇ ਬਾਰੇ ਜ਼ਰੂਰ ਜਾਣ ਲਈਏ। ਸੋ ਖਾਸ ਲੁਧਿਆਣੇ ਦੋ ਜਾਂ ਕੋਈ ਲਾਗੇ ਪਿੰਡ ਆ? ਮੈਂ ਸਰ ਖਾਸ ਲੁਧਿਆਣਾ ਸ਼ਹਿਰ ਤੋਂ ਜੀ। ਅੱਛਾ ਜੀ, ਲੁਧਿਆਣੇ, ਲੁਧਿਆਣੇ ਵਾਲੇ ਸਪੈਸ਼ਲ ਲੁਧਿਆਣੇ ਤੋਂ ਹੀ ਹੁੰਦੇ ਨੇ ਜੀ। ਥੈਂਕ ਯੂ ਵੈਰੀ ਮਚ ਕੁਲਵੀਰ ਜੀ, ਮੈਂ ਵੀ ਲੁਧਿਆਣੇ ਤੋਂ ਹੀ ਹਾਂ। ਬਹੁਤ ਵਧੀਆ ਜੀ, ਇਹ ਫਿਰ ਸ਼ੁਰੂਆਤ ਤੁਹਾਡੀ ਕਿਵੇਂ ਇੱਧਰ ਨੂੰ ਹੋਈ ਜੀ, ਕਿਵੇਂ ਕਿਵੇਂ ਮਨ ਬਣਿਆ ਕਿ ਯਾਰ ਮੈਂ ਗਾਉਣਾ ਚਾਹੁੰਦਾ ਹਾਂ? ਸਰ ਮੈਂ ਸ਼ੁਰੂਆਤ ਕੁਛ ਇਹ ਪ੍ਰੋਫੈਸ਼ਨਲ ਸੋਚ ਕੇ ਨਹੀਂ ਸੀ ਕੀਤੀ ਵੀ ਗਾਇਕੀ ਦੇ ਵਿੱਚ ਪ੍ਰੋਫੈਸ਼ਨਲ ਆਉਣਾ। ਦਰਅਸਲ ਮੈਂ
14 ਸਾਲ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੰਜਾਬ ਯੂਨੀਵਰਸਿਟੀ ਮੇਰਾ ਭੰਗੜੇ ਦਾ ਕੈਰੀਅਰ ਰਿਹਾ ਜੀ। ਮੈਂ ਭੰਗੜਾ ਪਾਉਂਦਾ ਰਿਹਾ ਤੇ ਭੰਗੜੇ ਦੇ ਨਾਲ ਬੋਲੀਆਂ ਨਾਲ ਮੇਰਾ ਬਹੁਤ ਦਿਲੋਂ ਪਿਆਰ ਸੀ। ਜਦੋਂ ਮੈਂ ਭੰਗੜਾ ਹਾਂਜੀ ਜਦੋਂ ਮੈਂ ਐਸਸੀਡੀ ਗਵਰਨਮੈਂਟ ਕਾਲਜ ਭੰਗੜਾ ਛੱਡਿਆ ਜੀ, ਓਵਰ ਏਜ ਹੋਇਆ ਕਿਉਂਕਿ ਇੱਕ ਏਜ ਲਿਮਿਟ ਹੁੰਦੀ ਹੈ 24 ਯੂਨੀਵਰਸਿਟੀ ਦੇ ਵਿੱਚ ਭੰਗੜਾ ਪਾਉਣ ਦੀ, ਤੇ ਉਸ ਤੋਂ ਬਾਅਦ ਮੈਨੂੰ ਕਲਚਰਲ ਐਕਟੀਵਿਟੀਜ਼ ਨਾਲ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਪਿਆਰ ਆ। ਤੇ ਮੈਂ ਇੱਕ ਕਿਰਨਦੀਪ ਕੌਰ ਮੈਡਮ ਇਹਨਾਂ ਕੋਲੇ ਮੈਂ ਗਿਆ, ਮੈਂ ਕਿਹਾ ਜੀ ਮੈਨੂੰ ਦੱਸੋ ਗਾਉਣ ਦਾ, ਮੈਨੂੰ ਦੱਸੋ। ਮੈਂ ਪ੍ਰੋਫੈਸ਼ਨਲੀ ਕੁਛ ਨਹੀਂ ਸੀ ਸੋਚ ਕੇ ਗਿਆ ਵੀ ਮੈਂ ਅੱਗੇ ਪ੍ਰੋਫੈਸ਼ਨ ਦੇ ਵਿੱਚ ਸਿੰਗਰ ਬਣਨਾ ਹੈ ਜਾਂ ਕੁਛ। ਮੇਰਾ ਇੱਕ ਦਿਲੋਂ ਪਿਆਰ ਸੀ ਕਲਚਰ ਨਾਲ, ਆਪਣੇ ਨਾ ਫੋਕ ਨੂੰ ਰੀਪ੍ਰਜੈਂਟ ਕਰਨ ਦਾ। ਬਾਕੀ ਜਿਵੇਂ ਜਿਵੇਂ ਮੈਂ ਸਿੱਖਦਾ ਗਿਆ, ਫੇਸਬੁੱਕ ਤੇ ਵੀਡੀਓਜ਼ ਅਪਲੋਡ ਕਰਦਾ ਰਿਹਾ, ਸਰੋਤਿਆਂ ਦਾ ਪਿਆਰ ਆਉਂਦਾ ਗਿਆ, ਮੈਨੂੰ ਆਫਰਸ ਆਉਣੀਆਂ ਸ਼ੁਰੂ ਹੋਈਆਂ। ਸਭ ਤੋਂ ਮੇਰੀ ਪਹਿਲੀ ਜਿਹੜੀ ਸਟਾਰਟ ਸੀਗੀ ਵਕਤ ਮੂਵੀ ਤੋਂ, ਮੇਰਾ ਫੈਮਿਨਿਜ਼ਮ ਸੌਂਗ ਸੀਗਾ ਉਹਦੇ ਵਿੱਚ, ਤੇ ਮੈਨੂੰ ਉੱਥੋਂ ਭਰਮਾ ਜਿਵੇਂ ਹੰਗਾਰਾ ਮਿਲਦਾ ਗਿਆ, ਫਿਰ ਜਿੱਦਾਂ ਸਰੋਤੇ ਲਿਆਉਂਦੇ ਗਏ, ਪ੍ਰੋਫੈਸ਼ਨਲ ਆਉਂਦੇ ਗਏ ਇਸ ਫੀਲਡ ਦੇ ਵਿੱਚ। ਬਾਕੀ ਕਦੇ ਸ਼ੁਰੂ ਤੋਂ ਕਦੇ ਸੋਚਿਆ ਨਹੀਂ ਸੀ ਵੀ ਹਾਂ ਸਿੰਗਰ ਹੀ ਬਣਨਾ ਜਾਂ ਕੁਛ, ਇੱਕ ਆਮ ਨਾਰਮਲ ਬੰਦੇ ਦੀ ਤਰ੍ਹਾਂ ਜ਼ਿੰਦਗੀ ਸੀ। ਕੀ ਬਾਤ ਹੈ ਜੀ। ਸੋ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਫਿਰ ਕੀ ਪੜ੍ਹਾਈ ਕੀਤੀ ਆ ਭਰਾ ਸਾਡੇ ਨੇ? ਹਾਂਜੀ ਸਰ, ਮੈਂ ਪਹਿਲਾਂ ਕਮਰਸ ਬੈਕਗ੍ਰਾਉਂਡ ਪਲੱਸ 1 ਪਲੱਸ 2, ਤੇ ਉਸ ਦੇ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਐਸਸੀਡੀ ਗਵਰਨਮੈਂਟ ਕਾਲਜ ਦੇ ਵਿੱਚ, ਤੇ ਹੁਣ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਐਮਬੀਏ ਕਰ ਰਿਹਾ ਜੀ। ਕੀ ਬਾਤ ਹੈ ਜੀ। ਮਤਲਬ ਪ੍ਰੋਫੈਸ਼ਨ ਜਿਹੜਾ ਆ ਤੁਹਾਡਾ, ਤਰੱਕੀ ਕਿਸੇ ਹੋਰ ਪਾਸੇ ਮਿਲ ਰਹੀ ਆ, ਤੇ ਇੰਜ ਲੱਗ ਰਿਹਾ ਹੈ ਕਿ ਵੀਰ ਸਾਡਾ ਕਿਤੇ ਵੱਡੀ ਕੰਪਨੀ ਦੇ ਵਿੱਚ ਜੋਬ ਕਰੂਗਾ, ਤੇ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਮਬੀਏ ਕੰਟੀਨਿਊ ਹੋਊਗੀ ਕਿ ਜਾਂ ਐਮ ਇਕੱਲੀ ਨਾਲ ਉੱਡ ਸਕਦੀ ਹੈ ਕਦੀ ਵੀ ਐਮਬੀਏ? ਨਹੀਂ ਨਹੀਂ ਸਰ, ਬਿਲਕੁਲ ਬਿਲਕੁਲ ਕੰਟੀਨਿਊ ਰਹੂਗੀ ਜੀ। ਮੈਂ ਇੱਕ ਬਿਜ਼ਨਸਮੈਨ ਫੈਮਿਲੀ ਨੂੰ ਬਿਲੋਂਗ ਕਰਦਾ। ਅੱਛਾ ਜੀ। ਬਿਜ਼ਨਸਮੈਨ ਆ ਜੀ, ਖੁਦ ਮੇਰੇ ਫਾਦਰ ਸਾਹਿਬ ਬਿਜ਼ਨਸਮੈਨ ਸੀਗੇ, ਉਹ ਐਕਸਪਾਇਰ ਹੋ ਗਏ ਸੀ ਕਾਫੀ ਦੇਰ ਪਹਿਲਾਂ, ਤੇ ਉਸ ਤੋਂ ਬਾਅਦ ਜਿੰਨਾ ਵੀ ਬਿਜ਼ਨਸ ਦਾ ਹੋਲਡ ਸੀ ਸਾਰਾ ਮੈਂ ਖੁਦ ਸੰਭਾਲ ਰਿਹਾ ਜੀ। ਅੱਛਾ ਜੀ, ਬਹੁਤ ਖੂਬ। ਸੋ ਫਿਰ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਜ਼ਿਆਦਾ ਜਿਹੜਾ ਆ ਔਖਾ ਹੋ ਜਾਂਦਾ ਹੈ ਕਿ ਇੱਕ ਪਾਸੇ ਆਪਾਂ ਬਿਜ਼ਨਸ ਵੀ ਵੇਖ ਰਹੇ ਹਾਂ, ਦੂਜੇ ਪਾਸੇ ਨਾਲ ਨਾਲ ਆਪਾਂ ਗਾਉਣਾ ਸਿੱਖ ਵੀ ਰਹੇ ਹਾਂ, ਫਿਰ ਸਿੱਖ ਕੇ ਹੁਣ ਜਿਹੜੀਆਂ ਤੁਹਾਡੇ 1x1 ਸੌਂਗਸ ਆਉਣੇ ਵੀ ਸ਼ੁਰੂ ਹੋ ਗਿਆ, ਕਿੱਦਾਂ ਮੈਨੇਜ ਕਰਦੇ ਹੋ ਸਾਰਾ ਕੁਛ? ਸਰ ਮੈਨੂੰ ਇਹ ਕਈ ਜਾਣਿਆਂ ਨੇ ਕੁਐਸਚਨ ਕੀਤੇ ਆ, ਬਟ ਮੇਰਾ ਆਨਸਰ ਸ਼ੁਰੂ ਤੋਂ ਹੀ ਇੱਕ ਰਿਹਾ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਦਿਲੋਂ ਧਿਆਉਂਦੇ ਹਾਂ ਤਾਂ ਉਹ ਸਾਨੂੰ ਔਖਾ ਨਹੀਂ ਲੱਗਦਾ। ਇਹ ਜਿਹੜਾ ਮੇਰਾ ਪ੍ਰੋਫੈਸ਼ਨ ਆ ਸਿੰਗਿੰਗ, ਇਹ ਮੈਂ ਮੇਰਾ ਸ਼ੌਂਕ ਆ, ਇਹਨੂੰ ਮੈਂ ਦਿਲੋਂ ਕਰਦਾ, ਤੇ ਜਦੋਂ ਮੈਂ ਇਹਨੂੰ ਟਾਈਮ ਤੜਕੇ ਮੈਨੂੰ ਉੱਠ ਕੇ ਵੀ ਆਪਣੀ ਨੀਂਦ ਛੱਡ ਕੇ ਵੀ ਮੈਨੂੰ ਜੇ ਟਾਈਮ ਦੇਣਾ ਪਵੇ ਜਾਂ ਆਪਣਾ ਕੋਈ ਰਾਤ ਨੂੰ ਜਿੱਦਾਂ ਜਿਸ ਟਾਈਮ ਮੇਰੇ ਕੋਲ ਫ੍ਰੀ ਟਾਈਮ ਆ, ਮੈਂ ਸਾਰਾ ਮਿਊਜ਼ਿਕ ਨੂੰ ਉਦੋਂ ਦਿੰਦਾ। ਬਾਕੀ ਮਾਰਨਿੰਗ 8 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਮੇਰੀ ਸਾਰੀ ਡਿਊਟੀ ਮੈਂ ਆਪਣੇ ਆਫਿਸ ਦਿੰਦਾ, ਆਪਣੇ ਕਾਰੋਬਾਰ ਨੂੰ ਦਿੰਦਾ। ਮੈਨੇਜ ਕਰਨਾ ਜ਼ਰੂਰ ਔਖਾ ਹੁੰਦਾ ਬਟ ਇਹ ਮੇਰਾ ਸ਼ੌਂਕ ਆ ਜੀ, ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਤੇ ਦੋਨੋਂ ਚੀਜ਼ਾਂ ਫਿਰ ਮੈਨੇਜ ਕਰਦੇ ਹਾਂ। ਉੱਧਰਲੇ ਪਾਸੇ ਰੋਟੀ ਆ ਜੀ, ਇੱਧਰਲੇ ਪਾਸੇ ਸ਼ੌਂਕ ਆ, ਪਰਿਵਾਰ ਪਾਲਦੇ ਹਾਂ। ਕਿਆ ਬਾਤ ਹੈ ਜੀ। ਅੱਛਾ, ਇੱਕ ਚੀਜ਼ ਜ਼ਰੂਰ ਮੈਂ ਤੁਹਾਡੇ ਕੋਲ ਜਾਣਨਾ ਚਾਹੂੰ ਵੀ ਕਦੀ ਇੱਦਾਂ ਦਾ ਹੋਇਆ ਵੀ ਆਫਿਸ ਦੇ ਵਿੱਚ ਉੱਧਰ ਐਂਟਰੀਆਂ ਕਰ ਰਹੇ ਹੋ ਤੇ ਇੱਧਰੋਂ ਆ ਗਿਆ ਲਾ 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 ਡਕ ਠਕ, ਹੈ ਐਂਟਰੀ ਠੀਕ ਹੋ ਗਈ, ਇੱਦਾਂ ਆਇਆ ਕਦੀ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਸਰ, ਇਹ ਬਹੁਤ ਹੁੰਦਾ ਜੀ ਕਿਉਂਕਿ ਕਈ ਵਾਰ ਜਦੋਂ ਆਪਾਂ ਆਫਿਸ ਦੇ ਵਿੱਚ ਬੈਠਦੇ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੇ ਬੰਦੇ ਮਿਲਦੇ ਆ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ, ਪਰਿਵਾਰਕ ਗੱਲਾਂ ਬਾਤਾਂ, ਸੋਸ਼ਲ ਬਿਜ਼ਨਸ ਨਾਲ, ਤੇ ਗੱਲਾਂ ਕਰਦੇ ਗੱਲਾਂ ਬਾਤਾਂ ਕਰਦੇ ਕਰਦੇ ਕਈ ਬੰਦੇ ਨਾਲ ਕਹਿ ਲਓ ਵੀ ਦਿਲ ਬੈਠ ਜਾਂਦਾ ਨਾ ਜਿੱਦਾਂ, ਤੇ ਉਹਨਾਂ ਬਾਰੇ ਕੁਛ ਕਈ ਸਮੱਸਿਆਵਾਂ ਸੁਣ ਕੇ ਜਾਂ ਕਿਸੇ ਦੀ ਕੁਛ ਚੰਗੀ ਗੱਲ ਸੁਣ ਕੇ ਲਿਖਣ ਨੂੰ ਦਿਲ ਕਰਦਾ, ਮੈਂ ਖੁਦ ਲਿਖਦਾ ਵੀ ਆ ਜੀ, ਤਾਂ ਉਹ ਉਸ ਟਾਈਮ ਮੈਂ ਆਪਣਾ ਸਾਰਾ ਜਿਹੜਾ ਟਾਈਮ ਆ ਇੱਕੋ ਦਮ ਛੱਡ ਕੇ, ਕੁਛ ਪ੍ਰੋਪਰ ਨਹੀਂ ਰੱਖਿਆ ਹੋਇਆ ਵੀ ਉਸ ਟਾਈਮ ਉਹੀ ਕੰਮ ਕਰਨਾ, ਜਦੋਂ ਕੋਈ ਖਿਆਲ ਬਣ ਗਿਆ ਜਾਂ ਜਦੋਂ ਕੋਈ ਚੀਜ਼ ਆ ਗਈ, ਕਿਉਂਕਿ ਹੁਣ ਜਿਵੇਂ ਇਸ ਪ੍ਰੋਫੈਸ਼ਨਲ ਆ ਇਸ ਚੀਜ਼ ਦੇ ਵਿੱਚ ਨਾ, ਤੇ ਸਾਡੇ ਕੋਲ ਬੰਦੇ ਵੀ ਆ ਜਾਂਦੇ ਆ, ਮਿਲਣ ਵਾਲੇ ਸਰੋਤੇ ਬਹੁਤ ਆਉਂਦੇ ਨੇ, ਭਾਜੀ ਤੁਹਾਨੂੰ ਮਿਲਣਾ ਤੁਹਾਡੇ ਨਾਲ, ਉਦੋਂ ਮਤਲਬ ਇਹ ਸਿਲਸਿਲਾ ਚੱਲਦਾ ਰਹਿੰਦਾ। ਕੰਮ ਦੇ ਵਿੱਚ ਵੀ ਮੈਂ ਕੰਮ ਕਰਦੇ ਕਰਦੇ ਵੀ ਗਾਣੇ ਗਾਉਂਦਾ ਰਹਿੰਦਾ, ਗਾਣੇ ਲਿਖਦਾ ਰਹਿੰਦਾ ਜੀ। ਕੀ ਬਾਤ ਹੈ ਜੀ। ਸੋ ਇਹ ਵਧੀਆ ਵਾ ਨਾ, ਬੰਦਾ ਨਾਲ ਨਾਲ ਕੰਮ ਵੀ ਕਰ ਰਿਹਾ ਆਪਣਾ ਵਧੀਆ ਸੋਹਣੇ ਤਰੀਕੇ ਦੇ ਨਾਲ। ਅੱਛਾ, ਓਬਵੀਅਸਲੀ ਜਦੋਂ ਆਪਾਂ ਸਿੰਗਿੰਗ ਦੀ ਗੱਲ ਕਰਦੇ ਹਾਂ ਤੇ ਵੀਰੇ, ਅੱਜ ਕੱਲ੍ਹ ਮੈਨੂੰ ਲੱਗਦਾ ਕਿ ਸ਼ਾਇਦ ਇਹ ਇੱਕ ਫੀਲਡ ਆ ਜਿਹਦੇ ਵਿੱਚ ਕੰਪੀਟੀਸ਼ਨ ਸਭ ਤੋਂ ਜ਼ਿਆਦਾ ਵੀ ਆ, ਕਿਉਂਕਿ ਇਹਦੇ ਵਿੱਚ ਸ਼ਾਇਦ ਕਈ ਵਾਰੀ ਨੌਂ ਸਿੱਖੀਏ ਜਿਹੜੇ ਆ ਉਹ ਵੀ ਬਹੁਤ ਆ ਚੁੱਕੇ ਆ, ਠੀਕ ਹੈ ਜੀ। ਸੋ ਉਸ ਤੋਂ ਇਲਾਵਾ ਬੜੇ ਸਾਰੇ ਨੇ ਜਿਹੜੇ ਸਿੱਖ ਕੇ ਵੀ ਆ ਰਹੇ ਨੇ, ਤੇ ਹੁਣ ਤੱਕ ਦੇ ਇਸ ਸਫ਼ਰ ਦੇ ਵਿੱਚ ਕਿਹੜੀਆਂ ਕਿਹੜੀਆਂ ਤੰਗੀਆਂ ਆਈਆਂ ਨੇ, ਜੇ ਮੈਂ ਐਜ਼ ਅ ਸਿੰਗਰ ਤੁਹਾਨੂੰ ਪੁੱਛਾਂ? ਸਰ ਤੰਗੀ ਸਭ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ, ਮੇਰੇ ਸਟਾਰਟ ਜੋ ਸੀਗਾ ਤੇ ਮੇਰਾ ਚੰਗੀ ਕੰਮ ਤੋਂ ਸਟਾਰਟ ਹੋਇਆ, ਮੈਨੂੰ ਕੰਪਨੀ ਦੀ ਆਫਰ ਆਈ ਬਾਈ ਜੀ ਪ੍ਰੋਡਕਸ਼ਨ ਚੰਡੀਗੜ੍ਹ ਤੋਂ, ਕਹਿੰਦੇ ਜੀ ਅਸੀਂ ਮੂਵੀ ਕਰ ਰਹੇ ਹਾਂ ਤੁਹਾਡਾ, ਉਹਦੇ ਵਿੱਚ ਸੌਂਗ ਚਾਹੀਦਾ। ਚਲੋ ਮੈਨੂੰ ਦਰਅਸਲ ਇੰਨੀਆਂ ਨਹੀਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਸੌਂਗ ਤੋਂ ਬਾਅਦ ਮੈਨੂੰ ਕਾਫੀ, ਜਦੋਂ ਮੈਂ ਪ੍ਰੋਫੈਸ਼ਨਲ ਆ ਗਿਆ, ਲੋਕਾਂ ਦੀ ਉਡੀਕ ਹੋਣ ਲੱਗ ਗਈ ਵੀ ਤੁਹਾਡਾ ਅਗਲਾ ਨੈਕਸਟ ਟਰੈਕ ਕਦੋਂ ਆ ਰਿਹਾ, ਕਿਵੇਂ ਸੌਂਗ ਆ ਰਿਹਾ, ਤੁਹਾਡਾ ਕਿਹੜਾ ਆ ਰਿਹਾ, ਤੇ ਮੈਨੂੰ ਇਸ ਚੀਜ਼ ਬਾਰੇ ਕੁਛ ਪਤਾ ਨਹੀਂ ਸੀ, ਪ੍ਰੋਫੈਸ਼ਨਲ ਨਹੀਂ ਸੀ, ਕਿਉਂਕਿ ਇੱਕ ਆਫਰ ਆਈ ਸੀ। ਚਲੋ ਜੀ ਆਪਣੇ ਸੌਂਗ ਸਿਲੈਕਟ ਕੀਤੇ, ਕੰਪਨੀਜ਼ ਕੋਲ ਜਾਣ ਲੱਗ ਗਏ, ਤੇ ਕੰਪਨੀ
ਮੈਂ ਲੱਚਰ ਨਹੀਂ ਗਾ ਸਕਦਾ, ਮੈਂ ਕੁਝ ਵੀ ਇਦਾਂ ਦੀ ਬੇਢੰਗੀ ਗੱਲ ਨਹੀਂ ਗਾ ਸਕਦਾ ਜਿਹਦੇ ਕੁਝ ਡਬਲ ਮੀਨਿੰਗ ਨਿਕਲੇ। ਇਹ ਤੁਹਾਡੀ ਸਟਰੈਂਥ ਹੈ, ਇਹ ਤੁਹਾਡੀ ਸਟਰੈਂਥ ਹੈ ਜੀ, ਇਹ ਤੁਹਾਡੀ ਕਮੀ ਨਹੀਂ ਹੈ। ਲੈਟ ਮੀ ਦੇਖੋ ਮੈਡਮ, ਮੈਂ ਕਮੀ ਮੈਂ ਤੁਹਾਨੂੰ ਐਕਸਪਲੇਨ ਕਰਦਾ ਮੈਂ ਕਿਉਂ ਕਹੀ ਕਮੀ। ਮੈਂ ਇਸ ਕਰਕੇ ਕਹਿਣਾ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਅੱਜ ਕੱਲ ਇੱਕ ਸ਼ਾਰਟਕੱਟ ਦਾ ਤਰੀਕਾ ਬਣ ਗਿਆ ਕਿ ਕੋਈ ਵੀ ਨੈਗੇਟਿਵ ਗੱਲ ਕਰ ਲਈਏ ਜਾਂ ਆਪਾਂ ਕੁਝ ਵੀ ਲੱਚਰਵਾਦ ਕੁਝ ਬੋਲ ਦਿੰਦੇ ਹਾਂ ਤਾਂ ਲੋਕ ਸਮਝਦੇ ਨੇ ਇਹਨੂੰ ਸ਼ਾਰਟਕੱਟ ਸਮਝਦੇ ਨੇ ਵੀ ਅਸੀਂ ਇੰਡਸਟਰੀ ਦੇ ਵਿੱਚ ਬਹੁਤ ਜਲਦੀ ਛਾਲ ਮਾਰ ਲਾਂਗੇ। ਪਰ ਮੇਰਾ ਸ਼ੁਰੂ ਤੋਂ ਕਹਿ ਲਓ ਵੀ ਮੇਰਾ ਬੈਕਗ੍ਰਾਉਂਡ ਜਿਹੜਾ ਜੁੜਿਆ ਹੋਇਆ ਕਲਚਰ ਨਾਲ ਜੁੜਿਆ, ਫੋਕ ਨਾਲ ਜੁੜਿਆ, ਤਾਂ ਮੈਂ ਨਹੀਂ ਸੀ ਚਾਹੁੰਦਾ ਵੀ ਮੈਨੂੰ ਇੱਦਾਂ ਦੇ ਕੁਝ ਲਿਰਿਕਸ ਕਰਨੇ ਪੈਣ। ਇੱਕ ਕੰਪਨੀ ਦੀ ਆਫਰ ਵੀ ਆਈ, ਮੈਂ ਇਸ ਕੰਪਨੀ ਦਾ ਨਾਂ ਨਹੀਂ ਲਊਂਗਾ, ਮੈਂ ਮਾਫੀ ਚਾਹੁੰਦਾ ਇਸ ਲਈ। ਮੈਨੂੰ ਕੰਪਨੀ ਦੀ ਆਫਰ ਵੀ ਆਈ, ਉਹਦੇ ਕੁਝ ਲਿਰਿਕਸ ਜਿਹੜੇ ਸੀਗੇ ਤੇ ਕੁਛ ਦਾਰੂ ਨਾਲ, ਕੁਛ ਕੁੜੀ ਦੇ ਲੱਕ ਦੇ ਬੋਤਲਾਂ, ਕੁਛ ਇੱਦਾਂ ਕੰਪੈਰੀਜ਼ਨ ਸੀ। ਉਹਨਾਂ ਨੇ ਮੈਨੂੰ ਆਫਰ ਕੀਤਾ ਵੀ ਸੀ ਸੌਂਗ ਦੇ ਉੱਪਰ ਇੰਨੇ ਪੈਸੇ ਲਗਾਵਾਂਗੇ, ਇਸ ਨੂੰ ਪ੍ਰਮੋਟ ਵੀ ਕਰਾਂਗੇ, ਤੁਸੀਂ ਇਸ ਨੂੰ ਆਪਣੀ ਵੋਕਲ ਦਿਓ। ਬਟ ਮੈਂ ਉਸ ਟਾਈਮ ਇਹ ਆਫਰ ਨੂੰ ਛੱਡਿਆ ਜੀ, ਬਹੁਤ ਜ਼ਿਆਦਾ ਕਠਿਨਾਈਆਂ ਆਈਆਂ। ਫਿਰ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਕੋਲੇ ਆਪਣਾ ਸੌਂਗ ਬਾਰੀ ਲੈ ਕੇ ਗਿਆ, ਮੇਰਾ ਸੈਕੰਡ ਸੌਂਗ ਬਾਰੀ ਆਇਆ, ਤੇ ਉਹਨਾਂ ਨੇ ਮੈਨੂੰ ਅਕਸੈਪਟ ਨਹੀਂ ਕੀਤਾ ਕਿਉਂਕਿ ਉਸ ਟਾਈਮ ਮੈਂ ਉਹਨਾਂ ਦੀ ਆਫਰ ਠੁਕਰਾਤੀ ਸੀ ਜੀ। ਤੇ ਉਸ ਤੋਂ ਬਾਅਦ ਮੇਰੇ ਨਾਲ ਮੇਰਾ ਵੀਰ ਜੁੜਿਆ ਜੀ, ਐਚ ਐਸ ਫਰਵਾਹਾ ਹਰਪ੍ਰੀਤ ਸਿੰਘ, ਤੇ ਅਸੀਂ ਦੋਨਾਂ ਨੇ ਇਹ ਪਲਾਨ ਕੀਤਾ ਵੀ ਚਲੋ ਅਸੀਂ ਕਿਉਂ ਨਾ ਆਪਣੀ ਕੰਪਨੀ ਲਾਂਚ ਕਰੀਏ ਜੀ। ਅਸੀਂ ਉਸ ਤੋਂ ਬਾਅਦ ਫਰਵਾਹਾ ਰਿਕਾਰਡਸ ਕੰਪਨੀ ਲਾਂਚ ਕੀਤੀ, ਅਸੀਂ ਕਿਹਾ ਚਲੋ ਆਪਾਂ ਕਿਹੜਾ ਟਰੈਕ ਆਪਣੇ ਦਿੰਨੇ ਆ ਆਪਣੀ ਕੰਪਨੀ ਦੇ ਵਿੱਚ ਦੇਵਾਂਗੇ, ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪਊਗੀ, ਤੇ ਆਪਣਾ ਜੋ ਆਪਣਾ ਦਿਮਾਗ 'ਚ ਹੈ ਜੋ ਆਪਾਂ ਚੰਗੀ ਚੀਜ਼ ਸਰੋਤਿਆਂ ਮੂਹਰੇ ਲੈ ਕੇ ਆਉਣਾ ਚਾਹੁੰਦੇ ਹਾਂ ਉਹ ਅਸੀਂ ਖੁੱਲ੍ਹ ਕੇ ਲੈ ਕੇ ਆ ਸਕਦੇ ਹਾਂ। ਜਦੋਂ ਸਾਡਾ ਆਪਣਾ ਕੰਪਨੀ ਦਾ ਲੇਬਲ, ਫਿਰ ਅਸੀਂ ਸਟਾਰਟ ਕੀਤਾ ਫਰਵਾਹਾ ਰਿਕਾਰਡਸ, ਉੱਥੋਂ ਅਸੀਂ ਪਹਿਲਾਂ ਆਪਣਾ ਫਿਰ ਗਾਣਾ ਬਾਰੀ ਦਿੱਤਾ ਜੀ ਦੂਜਾ ਗਾਣਾ। ਹੋਰ ਕਿੰਨਾ ਕਿੰਨਾ ਦਾ ਸਾਨੂੰ ਸਹਿਯੋਗ ਮਿਲਿਆ ਜੀ ਘਰ ਵੱਲੋਂ, ਦੋਸਤਾਂ ਵੱਲੋਂ ਤੁਹਾਡੇ ਕਰੀਅਰ 'ਚ ਕੰਟਰੀਬਿਊਸ਼ਨ ਪਾਉਣ ਲਈ? ਹਾਂਜੀ, ਮੇਰੇ ਮਾਤਾ ਜੀ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ। ਮੇਰੇ ਫਾਦਰ ਸਾਹਿਬ ਗੁਜ਼ਰ ਗਏ ਸੀ ਜਦੋਂ ਮੈਂ 3 ਸਾਲ ਦਾ ਸੀ, ਉਸ ਤੋਂ ਬਾਅਦ ਮੇਰੀ ਮਾਤਾ ਬਹੁਤ ਸਟਰਗਲ ਰਿਹਾ ਜੀ, ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਪਾਲਿਆ ਪੜਾਇਆ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹਰ ਇੱਕ ਚੀਜ਼ ਨੂੰ। ਮੇਰੀਆਂ ਭੈਣਾਂ ਜੀ, ਮੇਰੀਆਂ ਭੈਣਾਂ ਨੇ ਮੈਨੂੰ ਆਲਵੇਜ਼ ਸਪੋਰਟ ਕੀਤਾ, ਤੇ ਮੇਰਾ ਸਭ ਤੋਂ ਵੱਡਾ ਜਿਹੜਾ ਕੰਟਰੀਬਿਊਟ ਸੀ ਇਸ ਲਾਈਨ ਦੇ ਵਿੱਚ ਐਚ ਐਸ ਫਰਵਾਹਾ ਜੀ, ਹਰਪ੍ਰੀਤ ਸਿੰਘ ਮੇਰਾ ਛੋਟਾ ਵੀਰ ਆ ਫਰਵਾਹਾ ਰਿਕਾਰਡਸ ਨੂੰ, ਉਹਨਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਪ੍ਰੋਫੈਸ਼ਨਲੀ ਆਉਣ ਦਾ ਮੌਕਾ ਦਿੱਤਾ, ਤੇ ਮੇਰੇ ਉਸਤਾਦ ਜੀ ਮੈਡਮ ਕਿਰਨਦੀਪ ਕੌਰ ਜੀ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ, ਬਾਕੀ ਐਸ ਡੀ ਗੌਰਮੈਂਟ ਕਾਲਜ ਦੀ ਤਾਂ ਸ਼ੁਰੂ ਤੋਂ ਹੀ ਸਪੋਰਟ ਰਹੀ ਆ ਜੀ। ਸਾਰੇ ਮੇਰੇ ਵੀਰ ਭਰਾ, ਮੈਂ ਇੱਥੇ ਜੇ ਖੜਾ ਆ ਤਾਂ ਅੱਜ ਮੇਰੇ ਸਾਰੇ ਮੈਨੂੰ ਪਿਆਰ ਕਰਨ ਵਾਲੇ ਮੇਰੇ ਵੀਰ ਜਿੰਨੇ ਵੀ ਸਪੋਰਟਰ ਨੇ, ਮੈਂ ਸਿਰਫ ਉਹਨਾਂ ਦੇ ਸਿਰ ਤੇ ਖੜਾ ਜੀ, ਮੈਂ ਆਪ ਕੁਛ ਵੀ ਨਹੀਂ ਜੀ ਜੀ, ਮੈਂ ਆਪਣੇ ਆਪ 'ਚ ਦੇਖਾਂ ਜੀ ਜੀ। ਸੋ ਵਾਕਈ ਜੀ ਜਦੋਂ ਇੰਨਾ ਸਾਥ ਮਿਲ ਜੇ ਮੈਨੂੰ ਲੱਗਦਾ ਵਧੀਆ ਆ, ਤੇ ਫਿਰ ਇਨਸਾਨ ਜ਼ਰੂਰ ਤਰੱਕੀਆਂ ਵੱਲ ਜਾਂਦਾ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਣੀ ਕੰਪਨੀ ਬਣਾਈ ਆ, ਤੇ ਕੁਲਵੀਰ ਵੀਰ ਮੈਂ ਤੁਹਾਡੇ ਕੋਲ ਇਹ ਚੀਜ਼ ਜਾਣਨਾ ਚਾਹੂੰਗਾ, ਓਬਵੀਅਸਲੀ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਹਜੇ ਫਾਇਦੇ ਦਾ ਸੌਦਾ ਆ, ਤੁਸੀਂ ਬਿਜ਼ਨਸਮੈਨ ਵੀ ਹੋ, ਤੇ ਪਰ ਮੈਨੂੰ ਲੱਗ ਰਿਹਾ ਕਿ ਸ਼ਾਇਦ ਤੁਸੀਂ ਅਜੇ ਇਨਵੈਸਟਮੈਂਟ ਹੀ ਕਰ ਰਹੇ ਹੋ। ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿਉਂਕਿ ਬੜੇ ਸਾਰੇ ਇੱਥੇ ਆਸਟ੍ਰੇਲੀਆ ਦੇ ਵਿੱਚ ਨੇ ਜਿਹੜੇ ਸਿੰਗਰ ਬਣਨਾ ਚਾਹੁੰਦੇ ਨੇ, ਨਾਲ ਨਾਲ ਆਪਣੀਆਂ ਕਮਾਈਆਂ ਵੀ ਕਰ ਰਹੇ ਨੇ, ਬਹੁਤ ਪੈਸੇ ਮਿਹਨਤ ਦੇ ਇਕੱਠੇ ਕਰਕੇ ਫਿਰ ਇੰਡੀਆ ਜਾ ਕੇ ਉਹ ਸਪੈਂਡ ਵੀ ਕਰਦੇ ਨੇ, ਪੈਸਾ ਲਾਉਂਦੇ ਵੀ ਆ ਸਿੰਗਰ ਬਣਨ ਦੇ ਲਈ। ਤੁਸੀਂ ਹੁਣ ਆਪਣੀ ਕੰਪਨੀ ਵੀ ਖੜੀ ਕਰ ਲਈ ਆ, ਠੀਕ ਆ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹ ਫਾਇਦੇ ਦਾ ਸੌਦਾ ਹੈ? ਸਰ ਦੇਖੋ, ਜੇ ਤਾਂ ਜਿਸ ਹਿਸਾਬ ਨਾਲ ਅਸੀਂ ਸਟਾਰਟ ਕੀਤਾ ਸੀ, ਅਸੀਂ ਸਟਾਰਟ ਕੀਤਾ ਸੀ ਵੀ ਕਿਉਂ ਨਾ ਅਸੀਂ ਆਪਣੀਆਂ ਚੰਗੀਆਂ ਜਿਹੜੀਆਂ ਚੀਜ਼ਾਂ ਨੂੰ ਖੁਦ ਆਪ ਹਨਾ ਲੈ ਕੇ ਆਈਏ ਲੋਕਾਂ ਦੇ ਸਾਹਮਣੇ, ਕਿਉਂਕਿ ਕੰਪਨੀਆਂ ਬਹੁਤ ਜਲਦੀ ਹੱਥ ਨਹੀਂ ਪਾਉਂਦੀਆਂ। ਕੋਈ 100 ਚੋਂ 2 ਕੰਪਨੀਆਂ ਹੋਣਗੀਆਂ ਜਿਹੜੀਆਂ ਕਿਸੇ ਦੇ ਜਜ਼ਬਾਤਾਂ ਨੂੰ ਤੇ ਕਿਸੇ ਦੇ ਫੀਲ ਨੂੰ ਸਮਝਦੀਆਂ ਨੇ, ਚੰਗੀ ਚੀਜ਼ ਨੂੰ ਮੂਹਰੇ ਲੈ ਕੇ ਆਉਂਦੀਆਂ, ਠੀਕ ਹੈ। ਮੈਂ ਇਹ ਨਹੀਂ ਕਹਿੰਦਾ ਵੀ ਸਾਰੀਆਂ ਕੰਪਨੀਆਂ ਇੱਕੋ ਜਿਹੀਆਂ, ਕੰਪਨੀਆਂ ਚੰਗੀਆਂ ਵੀ ਨੇ, ਠੀਕ ਹੈ, ਹੋ ਸਕਦਾ ਅਸੀਂ ਉਹਨਾਂ ਤੱਕ ਨਾ ਪਹੁੰਚੇ ਹੋਈਏ, ਪਰ ਜੋ ਅਸੀਂ 3-4 ਜੋ ਸਾਨੂੰ ਆਫਰ ਆਈਆਂ ਉਹ ਸਾਨੂੰ ਚੰਗੀਆਂ ਨਹੀਂ ਲੱਗੀਆਂ। ਉਸ ਤੋਂ ਬਾਅਦ ਕੰਪਨੀ ਆਪ ਸਟੈਂਡ ਕਰਨ ਦਾ ਜੋ ਸੀਗਾ, ਤੇ ਉਹਦੇ ਵਿੱਚ ਇਹ ਸੀ ਕਿ ਜ਼ਰੂਰ ਇਨਵੈਸਟ ਕਰਨਾ ਪਿਆ ਸਾਨੂੰ ਉਹਦੇ ਨਾਲ। ਸਾਡੇ ਨਾਲ ਜਦੋਂ ਅਸੀਂ ਫੇਸਬੁੱਕ ਤੇ ਗਾਉਂਦੇ ਰਹੇ, ਕਲਿੱਪ ਪਾਉਂਦੇ ਗਏ, ਸਾਡੇ ਨਾਲ ਬਹੁਤ ਜ਼ਿਆਦਾ ਸਪੋਂਸਰ ਜੁੜਦੇ ਗਏ, ਪਿੰਦਰ ਬਰਾੜ ਜੀ ਆਸਟ੍ਰੇਲੀਆ ਤੋਂ ਜੁੜਦੇ ਗਏ, ਮੈਲਬੌਰਨ ਤੋਂ ਨੇ ਜੀ ਉਹ, ਤੇ ਮੇਰਾ ਵੱਡਾ ਵੀਰ ਅਮਨ ਸਿੱਧੂ ਨਿਊਯਾਰਕ ਤੋਂ, ਇੱਦਾਂ ਦੇ ਸਾਡੇ ਵੀਰ ਜਿਹੜੇ ਸਾਨੂੰ ਸੁਣ ਕੇ ਸਾਡੇ ਨਾਲ ਜੁੜਦੇ ਰਹੇ ਤੇ ਸਾਨੂੰ ਸਪੋਂਸਰ ਕੀਤਾ ਉਹਨਾਂ ਨੇ ਜੀ, ਸਾਨੂੰ ਮਾਇਆ ਭੇਜੀ, ਠੀਕ ਹੈ ਜੀ, ਕੁਛ ਅਸੀਂ ਆਪ ਐਫਰਟ ਕੀਤੇ, ਕੁਛ ਸਾਨੂੰ ਇੱਥੋਂ ਜਿੰਨੇ ਵੀਰ ਭਰਾ ਸੀਗੇ ਸਾਰੇ ਜਿਹੜੇ, ਸਾਰਿਆਂ ਨੇ ਮੈਨੂੰ ਮਤਲਬ ਕੀਤਾ ਵੀ ਨਹੀਂ ਵੀਰ ਆਪਾਂ ਕਰਾਂਗੇ ਕੰਮ ਜੀ, ਤੇ ਅਸੀਂ ਸਾਨੂੰ ਉਸ ਚੀਜ਼ ਦਾ ਬੈਨੀਫਿਟ ਵੀ ਹੋਇਆ ਜਦੋਂ ਮੇਰੇ ਆਫੀਸ਼ੀਅਲੀ ਕੰਮ ਆਪਣੇ ਸੌਂਗ ਆਏ ਤਾਂ ਲਾਈਵ ਸ਼ੋਅਸ ਬੁੱਕ ਹੋਏ ਸਾਡੇ, ਠੀਕ ਹੈ ਜੀ, ਸਾਨੂੰ ਉਹ ਇਨਕਮ ਆਉਣ ਲੱਗੀ। ਤਾਂ ਅੱਜ ਦੀ ਡੇਟ ਦੇ ਵਿੱਚ ਮੈਂ ਕਹਿੰਦਾ ਨਹੀਂ ਵੀ ਮਾੜਾ ਸੌਦਾ ਸੀ, ਠੀਕ ਹੈ, ਰਿਸਕ ਸੀਗਾ ਜ਼ਰੂਰ ਕਿ ਚੱਲਾਂਗੇ ਜਾਂ ਨਹੀਂ ਚੱਲਾਂਗੇ, ਪਰ ਕਹਿੰਦੇ ਮਾਲਕ ਨੇ ਜਿਹਦੇ ਸਿਰ ਤੇ ਹੱਥ ਰੱਖਣਾ ਹੁੰਦਾ ਜੀ ਜੀ ਬਿਲਕੁਲ। ਸੋ ਤੁਹਾਡਾ ਸੌਂਗ ਆਇਆ ਤਰਸੇਮ ਜੱਸੜ ਦਾ ਸਵੈਗ, ਠੀਕ ਹੈ ਜੀ, ਕੀ ਕਾਰਨ ਸੀਗਾ ਉਸ ਸੌਂਗ ਨੂੰ ਬਣਾਉਣ ਦੇ ਪਿੱਛੇ? ਸਰ ਪੰਜਾਬ ਹੁਣ ਤੋਂ ਜੇ ਆਪਾਂ ਕਹਿ ਦਈਏ, ਇਸ ਗੱਲ ਦੇ ਵਿੱਚ ਮੈਂ ਕੋਈ ਦੋ ਰਾਏ ਨਹੀਂ ਹੈ, ਪੰਜਾਬ ਸਾਡਾ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਡੁੱਬਿਆ ਹੋਇਆ ਸੀ, ਤੇ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ
ਸਾਡਾ ਲਾਈਵ ਸੀਗਾ ਇਕੱਠਿਆਂ ਦਾ ਚੌਂਕੀ ਮਾਨ ਕਾਲਜ ਦੇ ਵਿੱਚ, ਮੈਂ ਜੱਸੜ ਸਾਹਿਬ ਨੂੰ ਮਿਲਿਆ ਜਦੋਂ, ਤੇ ਮੈਨੂੰ ਬਹੁਤ ਚੰਗੇ ਲੱਗੇ, ਉਹ ਚੰਗੇ ਰਾਈਟਰ ਨੇ ਤੇ ਸੁਭਾਅ ਦੇ ਬਹੁਤ ਚੰਗੇ ਨੇ, ਚੰਗੀਆਂ ਚੀਜ਼ਾਂ ਗਾਉਂਦੇ ਨੇ, ਤੇ ਮੈਨੂੰ ਉਸ ਟਾਈਮ ਹੋਇਆ ਕਿ ਕਿਉਂ ਨਾ ਯਾਰ ਅਸੀਂ ਇੱਕ, ਜਦੋਂ ਮਾੜਾ ਸਿੰਗਰ, ਜਦੋਂ ਕੋਈ ਮਾੜਾ ਰਾਈਟਰ ਹੁੰਦਾ ਸੀ, ਸਾਰੀ ਦੁਨੀਆਂ ਨੂੰ ਭੰਡਣ ਤੇ ਲੱਗ ਜਾਂਦੀ ਹੈ, ਤੇ ਕਿਉਂ ਨਾ ਜਿਹੜਾ ਬੰਦਾ ਚੰਗਾ ਗਾਉਂਦਾ ਤੇ ਚੰਗਾ ਲਿਖਦਾ ਇੱਕ ਗੀਤ ਉਹਦੇ ਤੇ ਬਣਾਇਆ ਜਾਵੇ, ਤਾਂ ਕਿ ਉਹ ਹੋਰ ਚੰਗਾ ਲਿਖ ਸਕਣ, ਹੋਰ ਚੰਗਾ ਗਾ ਸਕਣ, ਚੰਗਾ ਗਾਉਣ ਵਾਲਿਆਂ ਨੂੰ ਵੀ ਚੰਗਾ ਲੱਗੇ। ਠੀਕ ਹੈ ਜੀ, ਤੇ ਮੈਂ ਜਦੋਂ ਬਾਈ ਜੀ ਨੂੰ ਮਿਲਿਆ, ਬਾਈ ਜੀ ਬਹੁਤ ਵਧੀਆ ਪਰਸਨੈਲਿਟੀ ਦੇ ਮਾਲਕ ਨੇ, ਬਹੁਤ ਚੰਗਾ ਨੇਚਰ ਆ ਬਾਈ ਜੀ ਦਾ, ਮੈਨੂੰ ਉਹਨਾਂ ਕੋਲੋਂ ਸਿੱਖਣ ਨੂੰ ਮਿਲਿਆ ਬਹੁਤ ਕੁਛ, ਤੇ ਮੈਂ ਖੁਦ ਜਦੋਂ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਦਾ ਫੈਨ ਹੋ ਗਿਆ ਜੀ, ਤੇ ਉਹਨਾਂ ਤੇ ਫਿਰ ਅਸੀਂ ਗੀਤ ਬਣਾਇਆ ਇਹ ਜੱਸੜ ਦਾ ਸਵੈਗ, ਤੇ ਇਹਦੇ ਵਿੱਚ ਇੱਕ ਸੋਸ਼ਲ ਗੱਲਾਂ ਕੀਤੀਆਂ ਸੀ ਕਿ ਜਿਹੜੇ ਸਿੱਖ ਫੈਮਿਲੀ ਨੂੰ ਜਾਂ ਪਰਿਵਾਰਕ ਸਿੱਖ ਪਰਿਵਾਰਾਂ ਨੂੰ ਬਿਲੋਂਗ ਕਰਦੇ ਆ ਤਾਂ ਉਹ ਵਾਲ ਨਾ ਕਟਾਉਣ, ਮੁੰਡੇ ਪੱਗਾਂ ਬੰਨਣ, ਕਿਉਂਕਿ ਬਾਈ ਨੂੰ ਦੇਖ ਕੇ ਬਹੁਤ ਜ਼ਿਆਦਾ ਮੁੰਡੇ ਅੱਜ ਕੱਲ੍ਹ ਪੱਗਾਂ ਬੰਨਣ ਲੱਗੇ ਨੇ ਬਿਨਾਂ ਪੇਚਿਆਂ ਵਾਲੀ, ਬਾਈ ਪੱਗ ਬੰਨਦਾ ਆ, ਤੇ ਉਹਦੇ ਵਿੱਚ ਅਸੀਂ ਬਹੁਤ ਚੰਗੀਆਂ ਚੀਜ਼ਾਂ ਵੀ ਪਾਈਆਂ ਸੀ, ਜਿਵੇਂ ਅਸਲੇ ਤੇ ਪਿੱਛੇ ਇੱਥੇ ਲੁਧਿਆਣੇ ਕਾਂਡ ਹੋਇਆ ਸੀ, ਇੱਕ ਡਾਂਸਰ ਤੇ ਗੋਲੀ ਚੱਲੀ ਸੀ ਆਪਣੇ ਪੰਜਾਬ ਦੇ ਵਿੱਚ, ਕਾਂਡ ਹੋਇਆ ਸੀ ਨੱਚਦੇ, ਉਹਦੇ ਵਿੱਚ ਅਸੀਂ ਇਹ ਵੀ ਚੀਜ਼ਾਂ ਨਾਲ ਲਾਈਨਾਂ ਪਾਈਆਂ ਸੀ ਮੈਂ ਲਿਖ ਕੇ, ਕਿ ਪੁੱਠੇ ਸਿੱਧੇ ਜਿਹੇ ਗੀਤ ਗਾਉਣ ਵਾਲੇ ਹੋ ਕੇ ਵੀ ਲੱਗੇ ਆ ਸੁਣਾਉਣ ਗੱਲੇ ਆਪਣੀ, ਉਹ ਤੁਸੀਂ ਯਾਰ ਜੱਖ ਵਾਲੀ ਜੇ ਬਣਾ ਲਵੋ ਕਿਉਂ ਹਥਿਆਰਾਂ ਦੇ ਸਿਰਾਂ ਤੇ ਅੱਤ ਚੱਕਣੀ, ਤੁਸੀਂ ਯਾਰ ਹੈਰੀ ਸੰਧੂ ਜੇ ਬਣਾ ਲਵੋ ਕਿਉਂ ਹਥਿਆਰਾਂ ਦੇ ਸਿਰਾਂ ਤੇ ਅੱਤ ਚੱਕਣੀ, ਜੌਲੀ ਕੰਗ ਫਰਵਾਹੇ ਜਿਹੇ ਯਾਰਾਂ ਤੋਂ ਸਦਾ ਸਿੱਖਿਆ ਯਾਰਾਨਾ ਕਾਇਮ ਕਰਨਾ, ਜੌਲੀ ਕੰਗ ਬਾਈ ਸਾਡਾ ਫਰਵਾਹਾ ਬਾਈ, ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਮੈਨੂੰ ਇਸ ਫੀਲਡ ਦੇ ਵਿੱਚ ਲੈ ਕੇ ਆਇਆ, ਕੱਟ ਹੇਅਰ ਮੰਡੀਰ ਕੁੜੇ ਰੱਖਦੀ ਫੋਲੋ ਜੱਸੜ ਦਾ ਮੈਂ ਸਵੈਗ ਕਰਨਾ। ਵਾਹ ਜੀ ਵਾਹ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਪਰਮਾਤਮਾ ਕਰੇ ਜੀ ਇਸੇ ਤਰ੍ਹਾਂ ਵਧੀਆ ਤੁਸੀਂ ਗਾਉਂਦੇ ਰਹੋ, ਅੱਛਾ ਤੁਸੀਂ ਲਿਖਦੇ ਰਹੋ ਨਾਲ ਨਾਲ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਲਾਨ ਨੇ ਆਪਣੇ, ਕੀ ਫਿਊਚਰ ਪਲਾਨਸ ਨੇ? ਸਰ ਫਿਊਚਰ ਪਲਾਨ AR ਐਂਟਰਟੇਨਮੈਂਟ ਕੰਪਨੀ ਤੋਂ ਹੁਣੇ ਮੈਨੂੰ ਉਹਨਾਂ ਨੇ ਆਫਰ ਕੀਤੀ ਸੀ 12 ਵਜੇ ਵਾਲੇ ਸੌਂਗ ਦੀ, ਇਹ ਮੇਰਾ ਸੌਂਗ ਕਾਫੀ ਦੇਰ ਤੋਂ ਗੋਰਖਜੋਤ ਬਾਈ ਦਾ, ਜੱਸੀ ਮਾਨ ਜੀ ਦਾ ਲਿਖਿਆ ਹੋਇਆ ਵੀਰਾਂ ਦਾ, ਤੇ ਅਸੀਂ ਕਾਫੀ ਦੇਰ ਤੋਂ ਇਹ ਸੌਂਗ ਨੂੰ ਕਰਨ ਬਾਰੇ ਸੋਚਦੇ, ਸਾਨੂੰ ਪਲੇਟਫਾਰਮ ਨਹੀਂ ਸੀ ਮਿਲ ਰਿਹਾ ਕਿਉਂਕਿ ਸਾਡੇ ਕੋਲ ਬਜਟ ਦੀ ਤੰਗੀ ਸੀ, ਤੁਹਾਨੂੰ ਪਤਾ ਜੇ ਚੰਗੀ ਚੀਜ਼ ਨੂੰ ਫਿਲਮਾਉਣਾ ਹੋਵੇ, ਜੇ ਮੈਸੇਜ ਦੇਣਾ ਹੋਵੇ ਤਾਂ ਉਹਨੂੰ ਉਸੇ ਤਰੀਕੇ ਨਾਲ ਮੈਨੇਜ ਕਰਨਾ ਚਾਹੀਦਾ, ਪ੍ਰੈਜੈਂਟ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਸੇ ਤਰੀਕੇ ਨਾਲ ਉਹਨਾਂ ਤੱਕ ਗੱਲ ਪਹੁੰਚ ਸਕੇ। 12 ਵਜੇ ਸ਼ੁਰੂ ਤੋਂ ਸਾਡੇ ਦਿਲ ਦੇ ਵਿੱਚ ਇਹ ਕੰਸੈਪਟ ਸੀ ਕਿ ਜਿਵੇਂ ਮੁੰਡਿਆਂ ਦਾ ਮਜ਼ਾਕ ਉਡਾਇਆ ਜਾਂਦਾ, ਸਰਦਾਰ ਮੁੰਡਿਆਂ ਦਾ ਆਪਣੇ ਹਨਾ ਮੈਸੇਜ ਆਉਂਦੇ ਨੇ ਕਿ ਗਿਆਨੀ ਤੇਰੇ 12 ਵੱਜ ਗਏ ਜਾਂ ਕੁਛ ਵੀ ਜੋ ਸਾਈਟਸ ਚੱਲਦੀਆਂ ਨੇ, ਮੇਰੇ ਦਿਲ ਦੇ ਵਿੱਚ ਸੀ ਕਿ ਇਸ ਚੀਜ਼ ਨੂੰ, ਇਹ ਜਿਹੜਾ 12 ਵਜੇ ਦਾ ਜਿਹੜਾ ਵਿਸ਼ਾ ਆ ਨਾ, ਇਹ ਬਹਾਦਰੀ ਦਾ ਵਿਸ਼ਾ ਆ, ਇਹ ਕੋਈ ਮਜ਼ਾਕ ਦਾ ਵਿਸ਼ਾ ਨਹੀਂ, ਇਸ ਚੀਜ਼ ਨੂੰ ਸਾਹਮਣੇ ਲੈ ਕੇ ਆਇਆ ਜਾਵੇ ਜੀ। ਤਾਂ AR ਐਂਟਰਟੇਨਮੈਂਟ ਕੈਨੇਡਾ ਤੋਂ ਕੈਲਗਰੀ ਦੀ ਕੰਪਨੀ ਆ ਜੀ, ਇਹ ਹਰਵਿੰਦਰ ਗਰਾਇਆ ਜੀ ਮੇਰੇ ਵੱਡੇ ਵੀਰ, ਇਹਨਾਂ ਨੇ ਮੇਰੀ ਸੋਚ ਨੂੰ ਨਾ, ਇਹਨਾਂ ਨੇ ਸੁਣਿਆ, ਇਹਨਾਂ ਨੂੰ ਚੰਗਾ ਲੱਗਿਆ ਗੀਤ, ਕਹਿੰਦੇ ਕੁਲਵੀਰ ਨਹੀਂ ਵੀ ਆਪਾਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਮੂਹਰੇ ਲੈ ਕੇ ਆਵਾਂਗੇ, ਤੇ ਇਹਨਾਂ ਨੇ ਮੇਰੇ ਬਾਂਹ ਫੜੀ ਜੀ, ਹੁਣ ਅੱਗੇ ਵੀ ਇਹ ਮੇਰੇ ਪ੍ਰੋਜੈਕਟ ਕਰ ਰਹੇ ਨੇ, ਇੱਕ ਟਰੈਕ ਮੇਰਾ ਹੁਣ ਤੋਂ 40-45 ਦਿਨ ਦੇ ਬਾਅਦ ਰਿਲੀਜ਼ ਹੋਊਗਾ ਜੀ। ਜੀ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਗੱਲ ਆ, ਔਰ ਆਸ ਕਰਦੇ ਹਾਂ ਇਸੇ ਤਰ੍ਹਾਂ ਤੁਸੀਂ ਜਿਹੜੀਆਂ ਤਰੱਕੀਆਂ ਆ ਕਰਦੇ ਰਹੋ। ਵੀਰ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਵੈਰੀ ਮੱਚ ਜੀ ਸਾਡੇ ਨਾਲ ਆਪਣੇ ਵਿਚਾਰ ਸ਼ੇਅਰ ਕਰਨ ਲਈ, ਅਤੇ ਰੱਬ ਕਰੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਤਰੱਕੀਆਂ ਮਿਲਣ, ਇਹ ਸਾਡੀ ਦਿਲੋਂ ਤੁਹਾਡੇ ਲਈ ਵਿਸ਼ ਆ ਰੇਡੀਓ ਹਾਂਜੀ ਵੱਲੋਂ। ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਵੈਰੀ ਮੱਚ। ਮੈਂ ਰੇਡੀਓ ਹਾਂਜੀ ਦੀ ਟੀਮ ਦਾ ਬਹੁਤ ਥੈਂਕਸ ਕਰਦਾ, ਤੇ ਸਾਰੇ ਸਰੋਤਿਆਂ ਦਾ ਜਿਹੜੇ ਜੁੜੇ, ਜਿਨ੍ਹਾਂ ਨੇ ਮੈਨੂੰ ਸੁਣਿਆ, ਮੈਂ ਸਾਰਿਆਂ ਦਾ ਬਹੁਤ ਥੈਂਕਸ ਕਰਦਾ ਜੀ, ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮੈਨੂੰ ਮਾਫ ਕਰਿਓ ਜੀ। ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮੱਚ ਜੀ। ਸੋ ਇਹ ਸਨ ਜੀ ਕੁਲਵੀਰ ਸਿੰਘ ਕੇਵੀ, ਜਿਨ੍ਹਾਂ ਦੇ ਨਾਲ ਆਪਾਂ ਗੱਪਾਂ ਸ਼ੱਪਾਂ ਮਾਰ ਰਹੇ ਸਾਂ, ਗੱਲਾਂ ਬਾਤਾਂ ਕਰ ਰਹੇ ਹਾਂ। ਸੋ ਆਸ ਵਧੀਆ ਲੱਗਦਾ ਹੈ ਨੁਨੀਆ ਜੀ, ਜਦੋਂ ਕੋਈ ਆਪਣਾ ਵੀਰ ਭਰਾ ਜਿਹੜਾ ਇਹ ਕੋਸ਼ਿਸ਼ ਕਰ ਰਿਹਾ ਆ ਤੰਦਰੁਸਤ ਗਾਇਕੀ, ਬਿਲਕੁਲ ਬਿਲਕੁਲ, ਔਰ ਨਾਲ ਦੀ ਨਾਲ ਜਿਹੜਾ ਸਿੱਖਇਜ਼ਮ ਦੀ ਫਿਲਾਸਫੀ ਆ ਉਹਨੂੰ ਵੀ ਨਾਲ ਲੈ ਕੇ ਚੱਲਣਾ, ਬੜਾ ਔਖਾ ਹੋ ਜਾਂਦਾ ਸਾਰਿਆਂ ਦਾ ਇੱਕ ਸੁਮੇਲ ਬਣਾ ਕੇ ਲਿਆਉਣਾ, ਪਰ ਮਾਣ ਹੈ ਜੀ ਇੱਦਾਂ ਦੇ ਵੀਰਾਂ ਦੇ ਉੱਤੇ ਜਿਹੜੇ ਕੁਛ ਇਸ ਤਰ੍ਹਾਂ ਦਾ ਵਧੀਆ ਸੋਚਦੇ ਨੇ, ਵਧੀਆ ਗਾਉਂਦੇ ਨੇ, ਅਤੇ ਆਸ ਕਰਦੇ ਹਾਂ ਜੀ ਇਸੇ ਤਰ੍ਹਾਂ ਵਧੀਆ ਵਧੀਆ ਗਾਉਂਦੇ ਰਹਿਣ, ਵਧੀਆ ਵਧੀਆ ਸਾਨੂੰ ਸੁਣਨ ਨੂੰ ਮਿਲਦੇ ਰਹੇ, ਔਰ ਇਹਨਾਂ ਦਾ ਜਿਹੜਾ ਸੌਂਗ ਹੈ ਜੀ ਬਾਰੀ ਆਪਾਂ ਇਹ ਵੀ ਸੁਣ ਲੈਂਦੇ ਹਾਂ, ਅਤੇ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਗੱਲਾਂ ਬਾਤਾਂ ਕਰਦੇ ਹਾਂ, ਕੁਛ ਵੱਧ ਘੱਟ ਕਿਹਾ ਗਿਆ ਉਹਦੇ ਲਈ ਮਾਫੀ ਹੈ, ਸੋਰੀ ਹੈ ਜੀ, ਅਤੇ ਸੁਣਦੇ ਰਹੋ ਰੇਡੀਓ ਹਾਂਜੀ, ਅਗਲੇ ਹਫ਼ਤੇ ਮਿਲਾਂਗੇ ਇਸੇ ਟਾਈਮ ਇਸੇ ਫ੍ਰੀਕੁਐਂਸੀ 'ਤੇ। ਸੀ ਯਾ। ਜੱਟ ਕਾਲਾ ਚਾਹ ਤੇਰਾ ਉਹ ਜਦੋਂ ਗਲੀ ਚ ਰਕਾਨੇ ਜਾਵੇ ਆ।
ਉਹ ਜੱਟ ਡਾਂਗ ਤੇ ਯਕੀਨ ਕਰਦਾ ਲੈ ਜੂਏ ਜਿੱਤਾਂ ਦੇ ਨਾਲ ਸੋਣੀਏ ਨਹੀਂ ਉਹ ਭਾਲਦਾ ਲੜਾਈ ਨੂੰ।